der Lage. Why, 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 why
ਸਾਈਦਾ ਪਾ ਕੇ ਨਾਕ ਖੋ ਗਏ ਨਾਰੇ ਪਾ ਕੇ ਸਾਈਦਾ ਵਾਲ ਪਾ ਕੇ ਸਤਨਾਮ 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 सतनाम 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 हाँ 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 राम सतनाम सत ठीक है हम गल भी करिए जोड़ी सतनाम 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 सत ਇੱਥੇ ਬੰਦੇ ਤੂੰ ਬਾਹ ਚੱਲ ਜਾ ਉਧਰ ਬਾਹ ਬੰਦ ਹੋ ਬਾਣੇ ਵੀ ਨਹੀਂ जन्म मरण दोहों में ना ही जन परोपकारी आए
ਜੀ ਦਾਮ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਆਪ ਜਪੈ ਅਵਰਹਿ ਨਾਮ ਜਪਾਵੈ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿਖੇ ਅਰਦਾਸ ਬੇਨਤੀ ਆਪ ਜੀ ਦੇ ਦਰੋਂ ਗੁਰੂ ਵਰਸਾਏ ਸੰਤ ਮਹਾਂਪੁਰਖ ਧੰਨ ਧੰਨ ਬਾਬਾ ਮੰਗਲ ਦਾਸ ਜੀ ਸਤਿਗੁਰੂ ਪਾਤਸ਼ਾਹ ਜੀ ਉਹ ਸੰਤਾਂ ਮਹਾਂਪੁਰਖਾਂ ਦੀ ਬਰਸੀ ਨੂੰ 46ਵੀਂ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਨਗਰ ਨਿਵਾਸੀ ਸੰਗਤਾਂ ਸੋਹਲ ਜਗੀਰ ਦੀ ਸੰਗਤ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਾਤਸ਼ਾਹ ਜੀ ਉਹ ਅੱਜ ਆਪ ਜੀ ਦੀ ਕਿਰਪਾ ਦੁਆਰਾ ਪਾਤਸ਼ਾਹ ਜੀ ਪਹਿਲੀ ਸ਼ਿਫਟ ਵਿੱਚ ਗੁਰਬਾਣੀ ਦੇ ਜਾਪ ਪ੍ਰਾਰੰਭ ਹੋਣੇ ਹਨ। ਪਾਤਸ਼ਾਹ ਜੀ ਅੱਜ ਪਹਿਲੇ ਦਿਨ ਪਾਤਸ਼ਾਹ ਜੀ ਉਹ ਆਪ ਜੀ ਦੇ ਗੁਰਦੁਆਰਾ ਸਾਹਿਬ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੇ ਪ੍ਰਤੀਕ ਗੁਰੂ ਘਰ ਦੇ ਨਿਸ਼ਾਨ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਚੋਲਾ ਸਾਹਿਬ ਬਦਲੇ ਗਏ ਪਾਤਸ਼ਾਹ ਜੀ ਉਹ ਸੇਵਾ ਕਰਦਿਆਂ ਆਪ ਜੀ ਦੀ ਸਿਮਰਨ ਕਰਦਿਆਂ ਹੋਇਆਂ ਪਾਤਸ਼ਾਹ ਜੀ ਹੋਈਆਂ ਸੁਖਮ ਭੁਲਾਂ ਦੀ ਮੁਆਫੀ ਕੋਸ਼ਿਸ਼ ਕਰਨੀ ਇਹ ਸੇਵਾ ਆਪ ਜੀ ਦੇ ਸਾਰੀਆਂ ਨਗਰ ਨਿਵਾਸੀ ਸੰਗਤਾਂ ਪਿੰਡ ਸੋਹਲ ਜਗੀਰ ਦੀ ਸੰਗਤ ਵੱਲੋਂ ਆਪ ਜੀ ਦੀ ਬਖਸ਼ਿਸ਼ ਦੁਆਰਾ ਪਾਤਸ਼ਾਹ ਜੀ ਜੋ ਕਿ ਆਪ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਸੀ ਪਾਤਸ਼ਾਹ ਜੀ ਉਹ ਆਪ ਜੀ ਦਾ ਸ਼ੁਕਰਾਨਾ ਕਰ ਰਿਹਾ ਸਾਰਾ ਨਗਰ ਸਾਰੇ ਨਗਰ ਦੀ ਸੰਗਤ ਵੱਲੋਂ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਚਰਨਾਂ ਵਿਖੇ ਕਿਸੇ ਵਕਤ ਅਰਦਾਸ ਬੇਨਤੀ ਕੀਤੀ ਸੀ ਸਾਰੇ ਨਗਰ ਦੀ ਸਾਰੀਆਂ ਸੰਗਤਾਂ ਦੀ ਆਪ ਜੀ ਦੀ ਅਰਦਾਸ ਬੇਨਤੀ ਕਰਕੇ ਆਪ ਜੀ ਦੇ ਸੇਵਾਦਾਰਾਂ ਨੂੰ ਆਪ ਜੀ ਦੇ ਝਾੜੂ ਬਰਦਾਰ ਸੇਵਕਾਂ ਨੂੰ ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਸੀ ਕਾਕਾ ਗੁਰਭੇਜ ਸਿੰਘ ਜੀ ਦੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਨ ਵਾਸਤੇ ਸਾਰੇ ਨਗਰ ਨੇ ਪਾਤਸ਼ਾਹ ਜੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਚੋਲਾ ਸਾਹਿਬ ਬਦਲੇ ਚੋਲਾ ਸਾਹਿਬ ਪਹਿਨਾਏ ਗਏ ਪਾਤਸ਼ਾਹ ਜੀ ਕਿਰਪਾ ਕਰਨੀ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦਾ ਇਹ ਬੱਚਾ ਹੈ ਕਾਕਾ ਗੁਰਭੇਜ ਸਿੰਘ ਜੀ ਨੂੰ ਆਉਣ ਵਾਲੇ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਰਸਿੱਖੀ ਵਾਲਾ ਜੀਵਨ ਤੰਦਰੁਸਤੀਆਂ ਦੀ ਦਾਤ ਹਰ ਭਾਵ ਰੱਖਿਆ ਕਰਨੀ ਪਾਤਸ਼ਾਹ ਜੀ ਕਿਰਪਾ ਕਰਨੀ ਸਾਰੇ ਸੰਗਤ ਦੀ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਨਾ ਪਾਤਸ਼ਾਹ ਜੀ ਸਾਰੇ ਨਗਰ ਦੇ ਵਿੱਚ ਪਾਤਸ਼ਾਹ ਜੀ ਜਿੰਨੇ ਵੀ ਪਰਿਵਾਰ ਜਿੰਨੀਆਂ ਵੀ ਸੰਗਤਾਂ ਹਨ ਸਾਰੇ ਪਰਿਵਾਰਾਂ ਦੇ ਸਾਰੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਤੇ ਜਿਹੜੇ ਪਰਿਵਾਰ ਸਤਿਗੁਰੂ ਪਾਤਸ਼ਾਹ ਜੀ ਸਪੁੱਤਰਾਂ ਦੀ ਦਾਤ ਆਪ ਜੀ ਦੇ ਦਰੋਂ ਘਰੋਂ ਮੰਗ ਰਹੇ ਹਨ ਉਹਨਾਂ ਪਰਿਵਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸੇਵਕਾਂ ਨੂੰ ਕਿਰਪਾ ਕਰੋ ਇਸੇ ਤਰ੍ਹਾਂ ਸੰਗਤ ਦੀ ਅਰਦਾਸ ਬੇਨਤੀ ਨੂੰ ਬਾਬਾ ਜੀ ਪ੍ਰਵਾਨ ਕਰੋ ਜਿਹੜੇ ਪਰਿਵਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਪੁੱਤਰਾਂ ਦੀ ਦਾਤ ਚਾਹੀਦੀ ਹੈ ਉਹਨਾਂ ਪਰਿਵਾਰਾਂ ਨੂੰ ਵੀ ਇਸੇ ਤਰ੍ਹਾਂ ਸਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕਰੋ ਸੇਵਕ ਪਰਿਵਾਰ ਸਾਰੇ ਪਰਿਵਾਰ ਇਸੇ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਨਗੇ ਆਪ ਜੀ ਦਾ ਸ਼ੁਕਰਾਨਾ ਕਰਨਗੇ ਜਿਸ ਤਰ੍ਹਾਂ ਕਾਕਾ ਗੁਰਭੇਜ ਸਿੰਘ ਜੀ ਦੀ ਆਪ ਜੀ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਇਸੇ ਤਰ੍ਹਾਂ ਸਾਰੇ ਨਗਰ ਦੀਆਂ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਸਾਰੇ ਨਗਰ ਦੇ ਸਾਰੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਗਤ ਰੱਖਣਾ ਕਾਰ ਦਰਾਸ ਕਰਨੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਪੁੱਟੀ ਗੰਢ ਪਵੇ ਸੰਸਾਰ ਦੇ ਮਹਾਂਵਾਕਾਂ ਅਨੁਸਾਰ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸੰਗਤਾਂ ਹਨ ਜਿਹੜੇ ਪਰਿਵਾਰਾਂ ਨੂੰ ਸਪੁੱਤਰਾਂ ਦੀ ਦਾਤ ਜ਼ਰੂਰਤ ਹੈ ਪਾਤਸ਼ਾਹ ਜੀ ਕਿਰਪਾ ਕਰੋ ਸਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕਰੋ ਕਾਰ ਦਰਾਸ ਕਰੋ ਹਰ ਭਾਵ ਰੱਖਿਆ ਕਰਨੀ ਇਹ ਜੋ ਨਗਰ ਦੇ ਵਿੱਚ ਸਾਰੀ ਸੰਗਤ ਦੀ ਅਰਦਾਸ ਬੇਨਤੀ ਬਾਬਾ ਜੀ ਪ੍ਰਵਾਨ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਾਕਾ ਗੁਰਭੇਜ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਬੇਟਾ ਹੈ ਇਸ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਗਤ ਰੱਖਣਾ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਸੇਵਾ ਲੇਖੇ ਵਿੱਚ ਲਾਉਣੀ ਹਰ ਭਾਵ ਰੱਖਿਆ ਕਰਨੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਗਿਆ ਬਖਸ਼ਿਸ਼ ਕਰੋ ਚੋਲਾ ਸਾਹਿਬ ਪਹਿਨਾਏ ਗਏ ਹਨ ਨਿਸ਼ਾਨ ਸਾਹਿਬ ਲਹਿਰਾਉਣ ਦੀ ਚੜ੍ਹਾਉਣ ਦੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਬਲ ਬਖਸ਼ਿਸ਼ ਕਰੋ ਕਾਰ ਦਰਾਸ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਵਾਹਿ
ठीक है।